वाहिगुरु जी का खालसा, वाहिगुरु जी की फतेह। मैं अमरवीर सिंह अज दे प्रोग्राम च आप सब दर्शकों का स्वागत करदा। व्यूअर्स, पहला आम आदमी पार्टी दे पंजाब दे कन्वीनर रहे अते हुण अपना पंजाब पार्टी दे प्रधान सरदार सुच्चा सिंह छोटेपुर ने अज अपनी नवी बनी पार्टी दे जथेबंधक ढांचे का ऐलान कर दिता है। स्पष्ट शब्दों विच उन्होंने यह भी कहा कि पंजाब विधानसभा चोणां विच कांग्रेस, अकाली भाजपा अते आम आदमी पार्टी नूं मात देण लई गठजोड़ करने दे हवाले नाल उन्हां दे दरवाजे खुले हन। पंजाब दी मौजूदा सियासत अते हो रहे जोड़ तोड़ संबंधी अज असी अपना पंजाब पार्टी दे प्रधान सरदार सुच्चा सिंह छोटेपुर नाल गलबात करांगे। आओ अज दी विचार चर्चा दी शुरुआत करदे हां। हां जी छोटेपुर साहब, वाहिगुरु जी का खालसा, वाहिगुरु जी की फतेह। वाहिगुरु खालसा, वाहिगुरु फतेह जी। छोटेपुर साहब, तुसीं बड़े लंबे समय तो साढ़े TV84 दे दर्शकां बड़े लंबे समय तो बाद साढ़े दर्शकों के नाल रूबरू हो रहे हो, तो जिहड़ियां इह पिछले समय दे विच सारियां डिवेलपमेंट्स होईयां ने अज तक जिहड़ी हुण तुसीं पार्टी का ऐलान किया तो फिर अज जिहड़ा जथेबंधक ढांचे का ऐलान किया, इस सारे समय के दौरान किवें दा लोकां दा तुहानूं रिस्पोंस मिल रहा है, तो तुसीं जिहड़ा तुहाडा एक्सपीरियंस हैगा उह साढ़े दर्शकों के नाल उहदे विचों की सांझा करना चाहोगे? देखो जी, ए जो असी अपना बनाया जथेबंधक ढांचा जी, ए समय दी बहुत वड्डी लोड़ सी, क्योंकि पंजाब दे विच अगे रवायती पार्टियां दा बोलबाला रहा लंबा टाइम जी, कांग्रेस दा, अकाली बीजेपी दा, और लोग ए सिस्टम तो बहुत तंग सीगे। लोकां नूं कुछ समय लई ए दिखाया गया सीगा ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਦੂਜੀਆਂ ਪਾਰਟੀਆਂ ਨਾਲੋਂ ਬਿਲਕੁਲ ਡਿਫਰੈਂਟ ਆ, ਜਿੱਥੇ ਕਰਪਟ ਕ੍ਰਿਮੀਨਲ ਕਰੈਕਟਰਲੈਸ ਔਰ ਪਰਿਵਾਰਾਂ ਦੀ ਗੱਲ, ਪੈਸੇ ਦੀ ਗੱਲ ਇਹ ਨਹੀਂ ਹੋਊਗੀ। ਸਾਧਾਰਨ ਵਰਕਰ ਜਿਹੜੇ ਮਿਹਨਤ ਕਰਨ ਵਾਲੇ ਲੋਕ ਹੈ ਉਹਨਾਂ ਨੂੰ ਅੱਗੇ ਲਿਆਂਦਾ ਜਾਊਗਾ, ਤਾਂ ਕਿ ਜਿਹੜਾ VIP ਕਲਚਰ ਹੈ ਉਹਨਾਂ ਤੋਂ ਲੋਕਾਂ ਦਾ ਖਰਾ ਛਡਾਇਆ ਜਾ ਸਕੇ, ਜਿਹੜੀ ਇੱਥੇ ਬਦਲੇ ਦੀ ਭਾਵਨਾ ਨਾਲ ਪੋਲੀਟਿਕਸ ਚੱਲਦੀ ਉਹ ਤੋਂ ਖਰਾ ਛਡਾ ਸਕੇ, ਜਿਹੜੀ ਲੋਕਾਂ ਦਾ ਪੋਲੀਟੀਸ਼ਨ ਦਾ ਰੁਝਾਨ ਉਹਨਾਂ ਨੇ ਪਾ ਇਹਨੂੰ ਸੇਵਾ ਨੇ ਇਹਨੂੰ ਇੱਕ ਪ੍ਰੋਫੈਸ਼ਨ ਬਣਾ ਲਿਆ, ਉਹਦੇ ਤੋਂ ਲੋਕਾਂ ਦਾ ਖਰਾ ਛਡਾ ਗਿਆ। ਫਿਰ ਇਹ ਲੋਕਾਂ ਨੂੰ ਸੁਪਨੇ ਵਿਖਾਏ ਸੀ ਆਮ ਆਦਮੀ ਪਾਰਟੀ ਨੇ, ਔਰ ਉਹਦੇ ਤੇ ਬੜੇ ਉਹ ਮਿਜ਼ਰੇਬਲੀ ਫੇਲ ਹੋਏ ਆ। ਉਹਨਾਂ ਨੇ ਵੀ ਇਹੀ ਸਾਬਤ ਕਰ ਦਿੱਤਾ ਵੀ ਨਹੀਂ, ਉਹ ਵੀ ਔਰ ਰਵਾਇਤੀ ਪਾਰਟੀਆਂ ਦੀ ਤਰ੍ਹਾਂ ਹੀ ਡੀਲ ਕਰਦੇ ਆ। ਉਹਨਾਂ ਨੇ ਦਿੱਲੀ ਤੋਂ ਬਹੁਤ ਵੱਡੀ ਟੀਮ ਭੇਜ ਕੇ ਪੰਜਾਬ ਦੇ ਲੋਕਾਂ ਨੂੰ ਇਹ ਗੁੰਮਰਾਹ ਕੀਤਾ, ਪੰਜਾਬ ਦੇ ਲੋਕਾਂ ਕੋਲੋਂ ਲੁੱਟਿਆ, ਲੋਕਾਂ ਨੂੰ ਬਹੁਤ ਕੁਝ ਕੀਤਾ ਲੋਕਾਂ ਦੇ ਨਾਲ। ਲੋਕਾਂ ਨੂੰ ਜਦੋਂ ਉਹਨਾਂ ਦੀ ਅਸਲੀਅਤ ਦਾ ਪਤਾ ਲੱਗਾ ਤੇ ਲੋਕ ਉਹਨਾਂ ਤੋਂ ਪਿੱਛੇ ਹਟਣੇ ਸ਼ੁਰੂ ਹੋਏ ਜੀ। ਔਰ ਜਿਹੜੇ ਆਪਣੇ ਵਲੰਟੀਅਰ ਨੇ ਉਹ ਤੁਹਾਨੂੰ ਸਾਰੀ ਸਟੋਰੀ ਦਾ ਪਤਾ ਹੀ ਆ। ਫਿਰ ਜਦੋਂ ਮੈਂ ਪੰਜਾਬ ਪਰਿਵਰਤਨ ਯਾਤਰਾ ਵਾਸਤੇ ਲੋਕਾਂ ਚ ਗਿਆ ਤੇ ਸਾਡੇ ਸਾਰੇ ਵਲੰਟੀਅਰ ਨੇ ਇਹ ਕਿਹਾ ਕਿ ਤੁਸੀਂ ਆਪਾਂ ਨੈਸ਼ਨਲ ਪਾਰਟੀਆਂ ਤੋਂ ਖਰਾ ਛਡਾਈਏ ਜੀ, ਪੰਜਾਬ ਦੀਆਂ ਸਮੱਸਿਆਵਾਂ ਨੇ, ਪੰਜਾਬ ਦਾ ਦੁਖਾਂਤ ਆ, ਇਹਦਾ ਹੱਲ ਆਪਾਂ ਹੀ ਕਰ ਸਕਦੇ ਹਾਂ, ਤੇ ਤੁਸੀਂ ਖੇਤਰੀ ਪਾਰਟੀ ਬਣਾਓ, ਇੱਕ ਰੀਜਨਲ ਪਾਰਟੀ ਬਣਾਓ ਜੀ। ਜਿਹਦੇ ਮੁਤਾਬਕ ਅੱਜ ਅਸਾਂ ਕੱਲ ਨੂੰ ਜਥੇਬੰਧਕ ਢਾਂਚਾ ਜਿਹੜਾ ਅਨਾਊਂਸ ਕੀਤਾ, ਜਿਹਦੇ ਵਿੱਚ ਸਾਡੇ 22 ਡਿਸਟ੍ਰਿਕਟ ਹੈ ਉਹਨਾਂ ਦੇ ਪ੍ਰਧਾਨ ਅਨਾਊਂਸ ਕੀਤੇ ਆ, ਔਰ ਜਿੰਨੇ ਫਰੰਟਲ ਵਿੰਗ ਹੈ ਉਹਨਾਂ ਦੇ ਵਿੱਚ ਕੁਝ ਫਰੰਟਲ ਵਿੰਗਾਂ ਦੀ ਅਨਾਊਂਸਮੈਂਟ ਕੀਤੀ ਹੈ, ਕੁਝ ਹਾਲੇ ਰਹਿੰਦੀ ਹੈ ਜੀ। ਇੱਕ ਮੈਨੀਫੈਸਟੋ ਕਮੇਟੀ ਬਣਾਈ ਹੈ, ਸਪੋਕਸਮੈਨ ਬਣਾਏ ਨੇ, ਇਸ ਤਰ੍ਹਾਂ ਦਾ ਸਾਰਾ ਕੀਤਾ ਕੁਝ। ਆਉਣ ਵਾਲੇ ਦਿਨਾਂ 'ਚ ਹੋਰ ਵੀ ਜਥੇਬੰਧਕ ਢਾਂਚੇ ਜਿਹੜੀਆਂ ਕੋਈ ਹਾਲੀ ਟਰੁੱਟੀਆਂ ਰਹਿ ਗਈਆਂ ਨੇ ਉਹ ਵੀ ਪੂਰੀਆਂ ਕਰਾਂਗੇ ਜੀ। ਇਸ ਸਮੇਂ ਦੀ ਲੋੜ ਸੀ, ਲੋਕ ਚਾਹੁੰਦੇ ਸੀਗੇ ਕਿ ਦੇਸ਼ ਦੇ ਵਿੱਚ ਵੀ ਅੱਜ ਰੀਜਨਲ ਪਾਰਟੀਆਂ ਦਾ ਬੋਲਬਾਲਾ ਹੈ। ਤੁਸੀਂ ਦੇਖ ਲਓ, ਬੰਗਾਲ ਤੋਂ ਲੈ ਕੇ ਓਡੀਸ਼ਾ, ਕੇਰਲਾ, ਦੂਜਾ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਬਿਹਾਰ, UP, ਸਾਰੇ ਲੋਕ ਸਮਝਿਆ ਕਿ ਸਟੇਟਾਂ ਦੇ ਮਸਲੇ ਸਟੇਟਾਂ ਦੇ ਲੋਕ ਵੀ ਚੰਗੀ ਤਰ੍ਹਾਂ ਜਾਣਦੇ ਆ, ਔਰ ਹਮੇਸ਼ਾ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਉਹ ਲੋਕਾਂ ਨੂੰ ਸਟੇਟਾਂ ਨੂੰ ਪਰੇਸ਼ਾਨ ਕਰਦੀਆਂ ਨੇ। ਇਸ ਕਰਕੇ ਇਸ ਪਾਸੇ ਰੁਝਾਨ ਬਣਿਆ, ਲਾਈਕ ਮਾਈਂਡਡ ਬੰਦੇ ਜਿਹੜੇ ਆ ਉਹ ਇਹਨਾਂ ਦੇ ਨਾਲ, ਅਸੀਂ ਉਹਨਾਂ ਦਾ ਸਾਡੀ ਕੋਸ਼ਿਸ਼ ਵੀ ਜਾਰੀ ਆ, ਕੁਝ ਲੋਕਾਂ ਦੇ ਨਾਲ ਸਾਡੇ ਅਲਾਇੰਸ ਹੋਏ ਨੇ। ਅਸੀਂ ਪੰਜਾਬ ਪ੍ਰੋਗਰੈਸਿਵ ਅਲਾਇੰਸ ਨਾਂ ਦਾ ਸਲੋਗਨ ਦਿੱਤਾ, ਜਿਹੜੇ ਜਿਹੜੇ ਬੰਦੇ ਉਹਦੇ ਵਿੱਚ ਆਉਣਗੇ ਉਹਨਾਂ ਸਾਰਿਆਂ ਦੇ ਨਾਲ ਰਲ ਕੇ ਆਪਾਂ ਸਾਰੇ ਇਲੈਕਸ਼ਨ ਜਿਹੜੀ ਲੜਾਂਗੇ ਜੀ।
ਸੁੱਚਾ ਸਿੰਘ ਛੋਟੇਪੁਰ ਜੀ, ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਹੈ। ਨੋ ਡਾਊਟ ਅਬਾਊਟ ਇਟ ਕਿ ਜਿਹੜੀ ਉਹਨਾਂ ਦੀ ਉੱਪਰਲੀ ਲੀਡਰਸ਼ਿਪ ਹੈਗੀ ਹੈ ਪੰਜਾਬ ਲੈਵਲ ਦੀ, ਉਹਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਕਾਫੀ ਚੇਂਜਸ ਆਈਆਂ ਨੇ ਅਤੇ ਜਿਹੜੀਆਂ ਉਹ ਚੇਂਜਸ ਨੇ ਉਹਨਾਂ ਨੇ ਪਾਰਟੀ ਨੂੰ ਸੱਟ ਵੀ ਮਾਰੀ ਹੈ। ਪਰ ਜਦੋਂ ਅਸੀਂ ਗਰਾਊਂਡ ਲੈਵਲ ਦੇ ਉੱਤੇ ਦੇਖਦੇ ਹਾਂ ਤਾਂ ਕਿਤੇ ਨਾ ਕਿਤੇ ਜਿਹੜਾ ਉਹ ਗਰਾਊਂਡ ਲੈਵਲ ਦੇ ਉੱਤੇ ਲੋਕਾਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਵਿਸ਼ਵਾਸ ਸੀ ਉਹ ਓਨਾ ਨਹੀਂ ਘਟਿਆ ਹੈਗਾ ਜਿੰਨਾ ਕਿ ਉਮੀਦ ਕੀਤੀ ਜਾਂਦੀ ਸੀ, ਜਾਂ ਜਿਹੜੀ ਕਹਿ ਲਓ ਵੀ ਜਿਸ ਹਿਸਾਬ ਨਾਲ ਉੱਪਰਲੇ ਲੈਵਲ ਦੇ ਉੱਤੇ ਚੀਰਫਾੜ ਹੋਈ ਸੀ ਉਸ ਹਿਸਾਬ ਨਾਲ ਉਹਨੂੰ ਪ੍ਰਿਡਿਕਟ ਕੀਤਾ ਜਾ ਰਿਹਾ ਸੀ। ਇਹਦੇ ਪਿੱਛੇ ਤੁਸੀਂ ਕੀ ਕਾਰਨ ਸਮਝਦੇ ਹੋ? ਅਤੇ ਜਿਹੜੀ ਉਹ ਹੈ ਜੀ, ਤੁਸੀਂ ਸਮਝਦੇ ਹੋਵੋਗੇ ਵੀ ਉਹ ਨਹੀਂ ਘਟਿਆ, ਪਰ ਸਾਨੂੰ ਗਰਾਊਂਡ ਰਿਐਲਿਟੀ ਦਾ ਪਤਾ ਵਾ। ਜੋ ਕੁਝ ਦਿੱਲੀ ਦੀਆਂ ਘਟਨਾਵਾਂ ਦਾ ਆਪਾਂ ਸਾਡੇ ਪ੍ਰਚਾਰ ਹੀ ਕੀਤਾ ਸੀ ਕਿ ਦਿੱਲੀ ਦੇ ਵਿੱਚ ਕੰਮ ਬੜੇ ਚੰਗੇ ਹੋ ਰਹੇ ਆ ਜੀ, ਉਹਦਾ ਪੰਜਾਬ ਤੇ ਪ੍ਰਭਾਵ ਬੜਾ ਪਊਗਾ ਜੀ। ਦਿੱਲੀ ਦੇ ਵਿੱਚ ਪਿਛਲੇ ਦਿਨਾਂ 'ਚ ਜੋ ਕੰਮ ਹੋਏ ਆ, ਜਿਸ ਤਰ੍ਹਾਂ ਸੈਕਸ ਸਕੈਂਡਲ ਉਹਨਾਂ ਦੇ ਸਾਹਮਣੇ ਆਏ ਆ, ਜਿਸ ਤਰ੍ਹਾਂ ਉਹਨਾਂ ਦੀਆਂ ਫੇਕ ਡਿਗਰੀਆਂ ਦੀ ਗੱਲ ਆਈ ਆ, ਜਿਸ ਤਰ੍ਹਾਂ ਉਹਨਾਂ ਦੇ ਆਪਣੇ ਲੇਡੀਜ਼ ਦੇ ਨਾਲ ਹੀ ਉਹਨਾਂ ਨੇ ਮਿਸਬਿਹੇਵ ਕੀਤਾ, ਕਿਸੇ ਨੇ ਉਹਨਾਂ ਨੂੰ ਮਾਰਿਆ ਕੁੱਟਿਆ ਆਪਣੀ ਪਤਨੀ ਨੂੰ, ਇਸ ਤਰ੍ਹਾਂ ਦੇ ਸਾਰੇ ਜਿਹੜੇ ਉਹਨਾਂ ਦੇ MLA ਵਜ਼ੀਰ ਨੇ ਉਹ ਕਿਸੇ ਨਾ ਕਿਸੇ ਗੱਲ ਦੇ ਵਿੱਚ ਇਨਵੋਲਵ ਹੁੰਦੇ ਚਲੇ ਗਏ ਆ ਜੀ। ਉਹਨਾਂ ਦਾ ਆਪਣਾ ਇੱਕ ਕਰਨਲ ਰਾਵਤ ਜਿਹੜਾ ਮੌਜੂਦਾ MLA ਆ, ਉਹਨੇ ਬੜੇ ਗੰਭੀਰ ਇਲਜ਼ਾਮ ਉਹਨਾਂ ਤੇ ਲਾਏ ਆ, ਪਰ ਉਹਦਾ ਵੀ ਲੋਕਾਂ ਤੇ ਬਹੁਤ ਭੈੜਾ ਅਸਰ ਹੋਇਆ। ਪੰਜਾਬ ਦੇ ਵੇਖੋ, ਕਰਪਸ਼ਨ ਦੀ ਗੱਲ ਤਾਂ ਹੈਗੀ ਸੀ, ਇਹ ਬਾਦਲਾਂ ਵੇਲੇ ਵੀ ਸੀ, ਕਾਂਗਰਸ ਵੇਲੇ ਵੀ ਸੀ, ਪਰ ਆਹ ਜਿਸ ਤਰ੍ਹਾਂ ਦੇ ਉੱਥੇ ਇਖਲਾਕ ਤੋਂ ਗਿਰੀਆਂ ਗੱਲਾਂ ਦਾ ਜ਼ਿਕਰ ਆਇਆ, ਉਹ ਪੰਜਾਬ ਦੇ ਲੋਕਾਂ ਨੇ, ਪੰਜਾਬ ਦੇ ਲੋਕਾਂ ਚ 100 ਆਪਾਂ ਚ ਇੱਕ ਖਾਮੀ ਹੋ ਸਕਦੀ ਆ, ਪਰ ਅਸੀਂ ਇਸ ਪੱਖੋਂ ਸਾਡੇ ਪੋਲੀਟੀਸ਼ੀਅਨ ਕਿਸੇ ਤੇ ਕਦੇ ਇਹੋ ਜਿਹਾ ਇਲਜ਼ਾਮ ਨਹੀਂ ਸੀ ਆਇਆ ਜਿੰਨੇ ਇਲਜ਼ਾਮ ਉੱਥੇ ਆਏ ਆ। ਇਸ ਕਰਕੇ ਉਹਨਾਂ ਦੀ ਛਵੀ ਬਹੁਤ ਉਹ ਬਹੁਤ ਬੁਰੀ ਤਰ੍ਹਾਂ ਡੈਮੇਜ ਹੋਏ ਆ। ਕੇਜਰੀਵਾਲ ਜਦੋਂ ਇੱਥੇ ਆਉਂਦਾ ਰਿਹਾ, ਉਹਨੇ ਕਦੇ ਕਹਿੰਦਾ ਸੀ ਮੈਂ ਧਰਮ ਦੀ ਰਾਜਨੀਤੀ ਨਹੀਂ ਕਰਦਾ, ਹੁਣ ਉਹ ਧਰਮ ਦੀ ਰਾਜਨੀਤੀ ਵਾਸਤੇ ਵੀ ਮਨਜ਼ੂਰ ਹੋ ਗਿਆ। ਪਹਿਲਾਂ ਉਹ ਕਰਦਾ ਸੀ ਟੇਕਣ ਚੂਸ ਵੀ, ਮੈਂ ਤੇ ਜੀ ਆਹ ਬੜਾ ਸਾਫ਼ ਸੁਥਰੇ ਬੰਦੇ ਲੈਣੇ ਆ, ਹੁਣ ਹਰ ਦਸ ਤੇ ਜਾਣਾ ਸ਼ੁਰੂ ਕਰ ਦਿੱਤਾ, ਸਾਰਾ ਕੰਮ ਹੀ ਮੁਕਾ ਦਿੱਤਾ। ਇੱਥੇ ਟਿਕਟਾਂ ਜਿਹੜੀਆਂ 2-2.5 ਕਰੋੜ ਦੀਆਂ ਵਿਕੀਆਂ ਨੇ, ਜਿਹੜੇ ਫਾਊਂਡਰ ਮੈਂਬਰ ਸੀ ਉਹਨਾਂ ਨੇ ਇਲਜ਼ਾਮ ਲਾਏ ਨੇ। ਇਸ ਕਰਕੇ ਸ਼ਾਇਦ ਹੋ ਸਕਦਾ ਇਹਨਾਂ ਦੇ ਕੋਲ, ਦਿੱਲੀ ਵਾਲਿਆਂ ਦੇ ਕੋਲ, ਉਹ ਨੈਗੇਟਿਵਿਟੀ ਨੂੰ ਪੋਜ਼ਿਟਿਵ ਚ ਕਨਵਰਟ ਕਰਨ ਦੇ ਬੜੇ ਐਕਸਪਰਟ ਨੇ। ਹਮੇਸ਼ਾ ਉਹ ਭਾਵੇਂ ਕੰਟਰੋਵਰਸੀ ਚ ਰਹਿਣ, ਉਹ ਮੀਡੀਆ ਚ ਰਹਿੰਦੇ ਆ, ਉਹ ਕਹਿੰਦੇ ਆ ਵੀ ਸ਼ਾਇਦ ਅਸੀਂ ਇਹਨਾਂ ਚੀਜ਼ਾਂ ਦਾ ਗਿਣ ਕਰ ਰਹੇ ਹਾਂ। ਮੇਰਾ ਖਿਆਲ ਆ ਵੀ ਪੰਜਾਬ ਦੇ ਲੋਕਾਂ ਦੇ ਇਹਨਾਂ ਸਾਰੀਆਂ ਘਟਨਾਵਾਂ ਦਾ ਬੜਾ ਵਰਸਟ ਇਫੈਕਟ ਹੋ ਰਿਹਾ, ਔਰ ਜਦੋਂ ਇਹਨਾਂ ਦੀਆਂ ਸੀਟਾਂ ਸੁੱਟਾਂ ਸਾਰੀਆਂ ਅਨਾਊਂਸ ਹੋ ਜਾਣਗੀਆਂ, ਤੁਹਾਨੂੰ ਸਾਰਾ ਕੁਝ ਸਾਹਮਣੇ ਆਜੂਗਾ। ਬਹੁਤ ਲੋਕ ਇਹਨਾਂ ਨਾਲੋਂ ਆਪਣਾ ਮੋਹ ਤੋੜ ਚੁੱਕੇ ਆ, ਇਸ ਕਰਕੇ ਕਿਉਂਕਿ ਇਹਨਾਂ ਦੀਆਂ ਆਪਣੀਆਂ ਕਰਤੂਤਾਂ ਕਰਕੇ, ਅਦਰਵਾਈਜ਼ ਨਹੀਂ ਜੀ। ਛੋਟੇਪੁਰ ਸਾਹਿਬ, ਜਿਹੜੀ ਤੁਸੀਂ ਇਹ ਸਾਰੀ ਗੱਲ ਕੀਤੀ ਹੈ, ਜਦੋਂ ਅਸੀਂ ਇਹਦੇ ਪਿਛੋਕੜ ਵੱਲ ਦੇਖਦੇ ਹਾਂ ਤਾਂ ਜੇ ਅਸੀਂ ਪੰਜਾਬ ਦੇ ਲੈਵਲ ਤੇ ਦੇਖੀਏ, ਜਿਹੜੀਆਂ ਚੋਣ ਮੈਨੀਫੈਸਟੋ ਦੇ ਵਿੱਚ ਗੱਲਾਂ ਕੀਤੀਆਂ ਗਈਆਂ ਨੇ ਆਮ ਆਦਮੀ ਪਾਰਟੀ ਦੇ ਵੱਲੋਂ, ਉਹ ਲਗਭਗ ਉਹੀ ਐਂਗਲ ਤੋਂ ਉਹੀ ਵਾਅਦੇ ਹੈਗੇ ਆ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ। ਸੋ ਜਦੋਂ ਅਸੀਂ ਪੰਜਾਬ ਦੇ ਲੋਕਾਂ ਦੀ ਗੱਲ ਕਰਾਂਗੇ, ਜਾਂ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਹੁਣ ਤੁਸੀਂ ਵਿਚਰਨਾ ਸ਼ੁਰੂ ਕੀਤਾ ਇੱਕ ਨਵੀਂ ਪਾਰਟੀ ਦੇ ਤੌਰ 'ਤੇ, ਤੁਸੀਂ ਲੋਕਾਂ ਨੂੰ ਕਿਹੜੇ ਮੁੱਦਿਆਂ ਦੇ ਉੱਪਰ ਕਨਵਿੰਸ ਕਰੋਗੇ, ਅਤੇ ਗਰਾਊਂਡ ਲੈਵਲ ਦੇ ਉੱਤੇ ਉਹ ਤੁਸੀਂ ਕੀ ਸਮਝਦੇ ਹੋ ਵੀ ਆਮ ਆਦਮੀ ਪਾਰਟੀ ਨਾਲੋਂ ਆਪਣੇ ਆਪ ਨੂੰ ਕਿਵੇਂ ਡਿਫਰੈਂਸ਼ੀਏਟ ਕਰਕੇ ਦੱਸੋਗੇ ਕਿ ਜਿਹੜੀ ਤੁਸੀਂ ਗੱਲ ਸੇਮ ਕਰਦੇ ਹੋ ਪਰ ਡਿਫਰੈਂਸ ਕੀ ਹੈਗਾ? ਦੇਖੋ ਭਾਈ ਸਾਹਿਬ ਜੀ, ਗੱਲਾਂ ਤਾਂ ਤਕਰੀਬਨ ਇਲੈਕਸ਼ਨ ਦੇ ਦਿਨਾਂ 'ਚ ਸਾਰੀਆਂ ਪੋਲੀਟੀਕਲ ਪਾਰਟੀਆਂ ਹੋ ਸਕਦੀਆਂ ਨੇ, ਪਰ ਉਹਦੇ ਤੇ ਨੀਤ ਸਾਫ਼ ਕਿਹਦੀ ਆ, ਕਿਹੜੇ ਬੰਦੇ ਉਹਦੇ ਤੇ ਅਮਲ ਕਰਦੇ ਆ, ਇਹ ਡਿਪੈਂਡ ਕਰਦਾ ਵਾ। ਇਹ ਤਾਂ ਸਾਰੇ ਕਹਿੰਦੇ ਜੀ ਅਸੀਂ ਪੈਸੇ ਨੀ ਲਾਂਗੇ ਜੀ, ਅਸੀਂ ਪਰਿਵਾਰ ਨੀ ਪਾਲਾਂਗੇ ਜੀ, ਪਰ ਇਹ ਸਾਰਾ ਕੁਝ ਜ਼ਾਹਰ ਹੋ ਗਿਆ ਕਿ ਇਹ ਤਿੰਨਾਂ ਪਾਰਟੀਆਂ ਦੇ ਵਿੱਚ, ਦੋ ਪਾਰਟੀਆਂ ਤੇ ਪਹਿਲਾਂ ਤੋਂ ਹੀ ਸਾਰੀਆਂ ਦੁਨੀਆਂ ਨੂੰ ਪਤਾ ਕਿ ਉਹ ਪਰਿਵਾਰ ਪਾਲਦੀਆਂ ਰਹੀਆਂ ਨੇ। ਸਾਰਾ ਸਾਰਾ ਟੱਬਰ ਜਿਹੜਾ ਉਹਨਾਂ ਦਾ ਪੋਲਿਟਿਕਸ ਆ, ਪੋਲਿਟਿਕਸ ਉਹਨਾਂ ਨੇ ਇੱਕ ਪੇਸ਼ਾ ਬਣਾ ਲਿਆ ਹੋਇਆ ਸੀ, ਚਾਹੇ ਅਕਾਲੀ ਦਲ ਸੀ ਚਾਹੇ ਕਾਂਗਰਸ ਸੀ। ਇਹਨਾਂ ਨੇ ਸਲੋਗਨ ਬੜੇ ਦਿੱਤੇ ਸੀ, ਪਰ ਜਿਸ ਤਰੀਕੇ ਦੇ ਨਾਲ ਇਹ ਫਲਾਪ ਹੋਏ ਆ, ਮੇਰਾ ਖਿਆਲ ਆ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਿਸਾਨ ਜਿਹੜਾ, ਕਿਸਾਨ ਦੀ ਬਰਬਾਦੀ ਦੀ ਜ਼ਿੰਮੇਵਾਰੀ ਸਾਰੀ ਜਿਹੜੀ ਆ, ਅਸੀਂ ਸਮਝਿਆ ਕਿ ਬਾਦਲ ਲਗਾਤਾਰ 10 ਸਾਲ ਉਹਨਾਂ ਦੀ ਸਰਕਾਰ ਰਹੀ ਆ, ਜਿਸ ਤਰ੍ਹਾਂ ਕਿਸਾਨ ਨੇ ਖੁਦਕਸ਼ੀਆਂ ਕੀਤੀਆਂ, ਇੰਡਸਟਰੀ ਇੱਥੋਂ ਮਾਈਗ੍ਰੇਟ ਹੋਈ ਆ, ਕੋਈ ਬੰਦਾ ਇੱਥੇ ਇਨਵੈਸਟਮੈਂਟ ਨਹੀਂ ਕਰਦਾ, ਕੋਈ ਬੱਚਾ ਆਪਣਾ ਭਵਿੱਖ ਨਹੀਂ ਇੱਥੇ ਉਹਨਾਂ ਨੂੰ ਦਿਸ ਰਿਹਾ, ਕੋਈ ਵੀ ਇੱਥੇ ਗਰੀਬ ਲੋਕ ਜਿਹੜੇ ਆਪਣੇ ਆਪ ਨੂੰ ਸੇਫ ਨਹੀਂ ਮਹਿਸੂਸ ਕਰਦੇ, ਉਹਨਾਂ ਦਾ ਬੁਰਾ ਹਾਲ ਆ। ਜਿਸ ਤਰ੍ਹਾਂ ਦੀ ਜ਼ਿੰਮੇਵਾਰੀ 10 ਸਾਲ ਦੀ ਸਰਕਾਰ ਦੀ ਸੀਗੀ, ਇਹਦੇ ਨਾਲੋਂ ਵੀ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਕਾਂਗਰਸ ਦੀ ਵੀ ਸੀ, ਕਾਂਗਰਸ ਦੇ ਕੋਲ ਕੰਫਰਟੇਬਲ ਮੈਜੋਰਟੀ ਸੀਗੀ, ਉਹਨਾਂ ਨੇ ਆਪੋਜੀਸ਼ਨ ਵਾਲਾ ਕੋਈ ਰੋਲ ਹੀ ਨਹੀਂ ਕੀਤਾ। ਇਹ ਸਮਝਿਆ ਜਾਂਦਾ ਸੀਗਾ ਵੀ ਕੇਜਰੀਵਾਲ ਨੇ ਸੁਪਨੇ ਲੋਕਾਂ ਨੂੰ ਬਹੁਤ ਵਿਖਾਏ ਸੀਗੇ, ਪਰ ਅੱਜ ਮੈਂ ਸਮਝਦਾ ਕਿ ਜੇ ਅਸਾਂ ਨਟਸ਼ਲ ਜਿਸ ਤਰ੍ਹਾਂ 2 ਲਫ਼ਜ਼ਾਂ 'ਚ ਪੰਜਾਬ ਦੀ ਬਰਬਾਦੀ ਦਾ ਜ਼ਿੰਮੇਵਾਰ ਬਾਦਲ ਨੂੰ, ਉਹਦੇ ਪਰਿਵਾਰ ਨੂੰ ਕਹਿੰਦੇ ਹਾਂ,
ਮੈਂ ਸਮਝਦਾ ਕਿ ਅੱਜ ਜੋ ਪੰਜਾਬ ਦੇ ਨਾਲ ਹਾਲ ਹੋਇਆ, ਪੰਜਾਬ ਦੇ ਲੋਕ ਠੱਗਿਆ ਮਹਿਸੂਸ ਕਰਦੇ ਆ। ਜਿਹੜਾ ਸਾਡਾ ਵਲੰਟੀਅਰ ਆ ਨਾ, ਉਹ ਠੱਗਿਆ ਮਹਿਸੂਸ ਕਰਦਾ ਪੰਜਾਬ ਦੇ ਵਿੱਚੋਂ ਵੀ ਤੇ ਬਾਹਰੋਂ ਵੀ। ਕੇਜਰੀਵਾਲ ਨੇ ਇਮੋਸ਼ਨਲ ਗੱਲਾਂ ਕਰਕੇ ਲੋਕਾਂ ਕੋਲੋਂ ਪੈਸਾ ਮੰਗਾਇਆ, ਇੱਥੋਂ ਬਰਾਤ ਤੋਂ ਵੀ ਕਰੋੜਾਂ ਅਰਬਾਂ ਰੁਪਈਆ ਗਿਆ, ਔਰ ਪੰਜਾਬ ਦੇ ਵਿੱਚੋਂ ਵੀ ਬਹੁਤ ਪੈਸਾ ਜਿਹੜਾ ਇਹਨੇ ਲੋਕਾਂ ਕੋਲ ਖੜਿਆ। ਕਿਉਂਕਿ ਸਾਡਾ ਜਿਹੜਾ ਜਿਹੜਾ ਤੁਸੀਂ ਕਹਿੰਦੇ ਹੋ ਵੀ ਲੋਕਾਂ ਚ ਬਹੁਤ ਗੱਲ ਸੀ, ਵਲੰਟੀਅਰ ਨੇ ਆਪਣਾ ਤਨ ਮਨ ਤਨ ਲਾ ਦਿੱਤਾ ਸੀਗਾ, ਤਾਂ ਸ਼ਾਰਟ ਟਾਈਮ ਦੇ ਵਿੱਚ ਲੋਕਾਂ ਦੇ ਘਰਾਂ ਤੱਕ ਆਮ ਆਦਮੀ ਪਾਰਟੀ ਪਹੁੰਚੀ ਸੀਗੀ। ਪਰ ਉਹੀ ਵਰਕਰ ਜਿਹਨੇ ਆਪਣਾ ਸਾਰਾ ਕੁਝ ਦਾਅ ਤੇ ਲਾ ਕੇ ਕੰਮ ਕੀਤਾ ਸੀਗਾ, ਉਹਨੇ ਦਿਹਾੜੀਦਾਰਾਂ ਨੂੰ ਕੰਮ ਨਹੀਂ ਸੀ ਕੀਤਾ, ਤਬਦੀਲੀ ਵਾਸਤੇ ਕੰਮ ਕੀਤਾ ਸੀ ਤੇ ਸਮਾਜਿਕ ਤਬਦੀਲੀ ਲਿਆਉਣੀ ਆ। ਉਹਦੇ ਵਿੱਚ ਜੋ ਕਿਸੇ ਦੇ ਕੋਲ ਪੂੰਜੀ ਸੀਗੀ, ਸਮਾਂ ਤਾਂ ਲੋਕਾਂ ਦਿੱਤਾ ਹੀ ਦਿੱਤਾ। ਜੇ ਕਿਸੇ ਦੇ ਕੋਲ 1,000 ਲਾਇਆ, ਜੇ ਕਿਸੇ ਕੋਲ 10,000 ਸੀ 10,000 ਲਾਇਆ, ਜੇ ਕਿਸੇ ਕੋਲ 50,000 ਸੀ 50,000 ਲਾਇਆ, ਜੇ ਕਿਸੇ ਕੋਲ 1,00,000 ਸੀ ਉਹ ਲੋਕਾਂ ਨੇ 1,00,000 ਰੁਪਈਆ ਲਾ ਦਿੱਤਾ। ਪੰਜਾਬ ਦੇ ਵਿੱਚ ਵਰਕਰ ਜਿਹੜਾ ਵਲੰਟੀਅਰ ਉਹ ਮਾਰ ਹੀ ਦਿੱਤਾ ਵਾ ਕੇਜਰੀਵਾਲ ਨੇ, ਉਹ ਕਈ ਸਾਲ ਵਲੰਟੀਅਰ ਗਰੀਬ ਜਿਹੜਾ ਉੱਠ ਨਹੀਂ ਸਕਣਾ। ਟਿਕਟਾਂ ਦਿੱਤੀਆਂ ਉਹਨਾਂ ਨੇ ਫਰੈਸ਼ ਬੰਦਿਆਂ ਨੂੰ ਜਿਹਨਾਂ ਤੇ ਸਾਰੇ ਇਲਜ਼ਾਮ ਨੇ, ਜਿਹਨਾਂ ਨੇ ਮੋਟੀਆਂ ਰਕਮਾਂ ਦਿੱਤੀਆਂ ਨੇ। ਰੋਜ਼ ਕੋਈ ਨਾ ਕੋਈ ਨਵੀਂ ਜਿਹੜੀ ਗੱਲ ਆ ਉਹ ਪੰਜਾਬ ਦੇ ਵਿੱਚ ਆਉਂਦੀ ਆ ਕਿ ਫਲਾਣੇ ਬੰਦੇ ਕੋਈ ਨੇ ਪੈਸੇ ਲਏ, ਫਲਾਣੇ ਦੇ ਪੈਸੇ ਪੋੜਨੇ ਪਏ, ਫਲਾਣੇ ਨੂੰ ਆਹ ਕੀਤਾ। ਔਰ ਇਹ ਤਾਂ ਕਹਿੰਦੇ ਸੀ ਟ੍ਰਿਪਲ ਸੀ ਕਰਪਟ ਕਰੈਕਟਰ ਵਾਸਤੇ ਕ੍ਰਿਮੀਨਲ ਨੂੰ ਟਿਕਟ ਨਹੀਂ ਦੇਣੀ। ਇੱਥੇ ਤਾਂ ਕਈ ਬੰਦੇ ਆ ਜਿਹੜੇ ਬਦਸੈਲੀ ਦੇ ਕੇਸ ਨੇ ਜਿਹਨਾਂ ਤੇ ਬਣੇ ਹੋਏ ਆ, ਜਿਹਨਾਂ ਤੇ ਗੋਲਕ ਚੋਰੀ ਕਰਨ ਦਾ ਕੇਸ ਬਣਿਆ ਹੋਇਆ, ਜਿਹੜੇ ਸਰਵਿਸ ਦੇ ਵਿੱਚੋਂ ਟਰਮੀਨੇਟ ਹੋਏ ਆ, ਜਿਹਨਾਂ ਨੂੰ ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ ਦੇ ਕਬਜ਼ੇ ਕੀਤੇ ਹੋਏ ਆ, ਜਿਹੜੇ ਬਾਹਰੋਂ ਡਿਪੋਰਟ ਹੋਏ ਆ ਲੋਕ, ਉਹਨਾਂ ਲੋਕਾਂ ਦੇ ਇਹਨਾਂ ਨੇ ਟਿਕਟਾਂ ਦਿੱਤੇ। ਇਸ ਕਰਕੇ ਇਹ ਆਪਣੀਆਂ ਕੰਮਾਂ ਕਰਕੇ ਲੋਕਾਂ ਚ ਡੈਮੇਜ ਹੋਇਆ, ਨਹੀਂ ਤਾਂ ਲੋਕਾਂ ਦੀ ਬੜੀ ਭਾਰੀ ਇਹਨਾਂ ਤੇ ਆਸ ਸੀਗੀ। ਜੋ ਤੁਸੀਂ ਜ਼ਿਕਰ ਕੀਤਾ ਕਿ ਜਦੋਂ ਮੈਨੀਫੈਸਟੋ ਵੇਲੇ ਜਿਹੜੀਆਂ ਗੱਲਾਂ ਕੀਤੀਆਂ ਨੇ ਉਹ ਸਾਰਿਆਂ ਨੂੰ ਬੜੀਆਂ ਦੁਖਦਾਈ ਸੀਗੀਆਂ, ਬੜੀਆਂ ਪਿੰਚ ਕਰਦੀਆਂ ਸੀਗੀਆਂ। ਇਹਨਾਂ ਨੇ ਕਹਿੰਦੇ ਸੀ 2-2.5 ਸਾਲ ਤੋਂ ਇਹ ਪੰਜਾਬ ਚ ਲਗਾਤਾਰ ਆ ਰਿਹਾ, ਜਿਹੜਾ ਅੰਮ੍ਰਿਤਸਰ ਸ਼ਹਿਰ ਆ ਹੋਲੀ ਸਿਟੀ, ਉਹ ਤਾਂ ਕਈਆਂ ਨੇ ਡਿਕਲੇਅਰ ਕੀਤਾ, ਡਿਕਲੇਅਰ ਮੇਰਾ ਖਿਆਲ ਕਾਂਗਰਸ ਵੇਲੇ ਤੋਂ ਵੀ ਹੋਇਆ, ਅਕਾਲੀ ਵੀ ਰੋਜ਼ ਕਹਿੰਦੇ ਹੋਣਗੇ। ਪਰ ਇਹਨੂੰ 2-2.5 ਸਾਲ ਦਾ ਪਹਿਲਾਂ ਤਾਂ ਕਦੇ ਵੀ ਚੇਤਾ ਨਹੀਂ ਸੀ ਆਇਆ, ਜਦੋਂ ਸਾਰੇ ਅੱਧ ਹੋਏ ਆ ਤੇ ਉਹਦੇ ਤੋਂ ਬਾਅਦ ਹੀ ਇਹਨੂੰ ਅਜਿਹੀਆਂ ਗੱਲਾਂ ਆਈਆਂ ਨੇ। ਔਰ ਅਸੀਂ ਇਹਨੂੰ ਕਿਹਾ ਸੀ ਕਿ ਬਹੁਤ ਵੱਡੇ ਪਵਿੱਤਰ ਸਥਾਨ ਨੇ ਤੇਰੇ ਕੋਲ, ਸ਼ੀਸ਼ਗੰਜ ਸਾਹਿਬ ਆ, ਬੰਗਲਾ ਸਾਹਿਬ ਆ, ਰਕਾਬਗੰਜ ਸਾਹਿਬ ਆ, ਉਹ ਏਰੀਏ ਨੂੰ ਕਰ ਪਵਿੱਤਰ ਸ਼ਹਿਰ ਨਿਕਲੇ ਤਾਂ ਲੋਕਾਂ ਨੂੰ ਇਸ ਤੇ ਵਿਸ਼ਵਾਸ ਵੀ, ਇਹ ਕਹਿੰਦਾ ਕੁਛ ਆ ਕਰਦਾ ਕੁਛ ਆ। ਇੱਥੇ ਪਾਣੀਆਂ ਦੇ ਮਸਲੇ ਤੇ ਆਣ ਕੇ ਪੰਜਾਬ ਦੇ ਵਾਸਤੇ ਬੋਲਦਾ ਸੀ, ਜਦੋਂ ਦਿੱਲੀ ਜਾਂਦਾ ਸੀ ਮੈਂ ਹਰਿਆਣੇ ਨੂੰ ਵੀ ਪਾਣੀ ਚਾਹੀਦਾ, ਦਿੱਲੀ ਨੂੰ ਵੀ ਪਾਣੀ ਚਾਹੀਦਾ। ਔਰ ਜੋ ਮੈਨੀਫੈਸਟੋ ਦੇ ਮਸਲੇ ਤੇ ਇਹਨੇ ਕੀਤੀਆਂ ਗੱਲਾਂ ਉਹ ਤੁਹਾਡੇ ਸਾਹਮਣੇ ਹੀ ਆ। ਮੈਨੂੰ ਜਦੋਂ ਇਹਨਾਂ ਨੇ ਕਿਹਾ ਤੁਹਾਂ ਜਿਹੜਾ ਯੂਥ ਵਿੰਗ ਦਾ ਮੈਨੀਫੈਸਟੋ ਸੀਗਾ ਉਹਦੇ ਤੇ ਇਹ ਕਮੈਂਟਸ ਨਹੀਂ ਸੀ ਕਰਨੇ ਚਾਹੀਦੇ, ਮੈਂ ਕਿਹਾ ਕਿਉਂ ਨਹੀਂ ਸੀ ਕਰਨੇ ਚਾਹੀਦੇ? ਕਹਿੰਦੇ ਤੁਹਾਨੂੰ ਕਹਿਣਾ ਚਾਹੀਦਾ ਸੀ ਕਿ ਮੈਂ ਮੈਨੀਫੈਸਟੋ ਦੇਖਿਆ। ਮੈਂ ਕਿਹਾ ਜੀ ਮੈਂ ਝੂਠ ਬੋਲਦਾ ਨੀ ਕਦੀ, ਮੈਂ ਜਦੋਂ ਦੇਖਿਆ ਹੀ ਨਹੀਂ ਸੀਗਾ ਤੁਸਾਂ ਮੈਨੂੰ ਟਾਈਟਲ ਪੇਜ ਛੱਡ ਕੇ ਮੈਨੂੰ ਕੁਛ ਵੀ ਨੀ ਵਿਖਾਇਆ। ਈਵਨ ਜਿਹਨੇ ਸੰਧੂ ਨੇ ਲਿਖਿਆ ਸੀਗਾ ਉਹਨੂੰ ਟਾਈਟਲ ਪੇਜ ਨੀ ਵੀ ਵਿਖਾਇਆ, ਕਿਉਂਕਿ ਦਿੱਲੀ ਉਹ ਦਰਗੇਸ਼ ਹੋਣਾ ਸਾਰਾ ਛੱਡਿਆ ਸੀ। ਦਰਗੇਸ਼ ਇਹਦਾ ਬਲੂ ਆਈ ਬੋਏ ਸੀਗਾ ਜਿਹਨੇ 53-54 ਬੰਦੇ ਓਬਜ਼ਰਵਰ, ਨੈਸ਼ਨਲ ਪਾਰਟੀਆਂ ਦਾ ਇੱਕ ਇੱਕ ਆਉਂਦਾ ਵਾ, ਇਹਨਾਂ ਨੇ 55 ਬੰਦੇ ਇੱਥੇ ਲਿਆ ਕੇ ਮਾਰੇ ਸੀਗੇ। ਇਹਨਾਂ ਨੂੰ ਪੰਜਾਬ ਦੇ ਕਿਸੇ ਪੰਜਾਬੀ ਤੇ ਫੇਸ ਹੀ ਨਹੀਂ ਸੀਗਾ, ਕਿਸੇ ਫੇਸ ਨੂੰ ਇਹਨਾਂ ਪ੍ਰਮੋਟ ਨਹੀਂ ਹੋਣ ਦਿੰਦਾ। ਛੋਟੇਪੁਰੇ ਨੂੰ ਸੂਟ ਨਹੀਂ ਸੀ ਕਰਦਾ, ਫੁਲਕੇ ਨੂੰ ਕਰਦਾ, ਭਗਵੰਤ ਮਾਨ ਨੂੰ ਕਰਦਾ, ਕਿਸੇ ਹੋਰ ਨੂੰ ਪ੍ਰਮੋਟ ਕਰਦਾ, ਇਹਨੇ ਕਿਸੇ ਦੇ ਨਾ ਹੀ ਨਹੀਂ। ਇਹਦੀ ਸਾਰੀ ਟੀਮ ਜਿਹੜੀ ਆ ਇੱਕੋ ਮੈਸੇਜ ਲੋਕਾਂ ਨੂੰ ਪੰਜਾਬ ਦੀ ਦਿੰਦੀ ਸੀ, ਪੰਜਾਬੀਆਂ ਤੋਂ ਕੋਈ ਅਕਲ ਨਹੀਂ, ਪੱਗਰ ਬੰਨ ਲੈਂਦੇ, ਦਾੜੀਆਂ ਛੱਡ ਲੈਂਦੇ ਆ, ਤੁਸੀਂ ਸਾਡੇ ਨਾਲ ਸੰਪਰਕ ਰੱਖਣਾ, ਟਿਕਟਾਂ ਆਸਾਂ ਤੁਹਾਨੂੰ ਦੇਣੀਆਂ, ਪਾਵਰ ਸਾਡੇ ਕੋਲੋਂ ਮਿਲਣੀ ਆ। ਔਰ ਇਹਨਾਂ ਨੇ ਖੂਬ ਲੁੱਟਿਆ ਲੋਕਾਂ ਨੂੰ। ਇਸ ਕਰਕੇ ਜਦੋਂ ਮੈਨੂੰ ਇਹਨਾਂ ਨੇ ਕਿਹਾ ਇਹ ਮੈਨੀਫੈਸਟੋ ਦੇ ਵਿੱਚ ਤੇ ਤੁਹਾਨੂੰ ਕਹਿ ਦੇਣਾ ਚਾਹੀਦਾ ਸੀ, ਮੈਂ ਦੇਖਿਆ, ਮੈਂ ਕਿਹਾ ਜੀ ਮੈਂ ਤੇ ਇਹ ਗੱਲ ਨਹੀਂ ਸੀ ਕਹਿ ਸਕਦਾ, ਇਹਦੇ ਪਤਾ ਕੀ ਹੋਣੇ ਚਾਹੁੰਦੇ ਕੀ ਹੋਣੇ ਸੀ? ਮੈਂ ਕਿਹਾ ਜੀ ਮੈਂ ਸ਼੍ਰੋਮਣੀ ਕਮੇਟੀ ਦਾ 17 ਸਾਲ ਮੈਂਬਰ ਰਿਹਾ ਹੋਇਆ, ਇੰਦਰਜੀਤ ਜੀਰੇ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਇੱਕ ਐਪਲੀਕੇਸ਼ਨ ਦਿੱਤੀ ਹੋਈ ਆ ਵੀ ਛੋਟੇਪੁਰ ਨੂੰ ਸਿੱਖੀ ਚੋਂ ਖਾਰਜ ਕੀਤਾ ਜਾਏ। ਮੈਂ ਕਿਹਾ ਜੇ ਮੈਨੂੰ ਅਕਾਲ ਤਖ਼ਤ ਦਾ ਜਥੇਦਾਰ ਪੁੱਛਦਾ ਵੀ ਛੋਟੇਪੁਰ ਜੀ ਤੁਸੀਂ ਆਮ ਆਦਮੀ ਪਾਰਟੀ ਦੇ ਕਨਵੀਨਰ, ਮੈਂ ਕਹਿੰਦਾ ਯੈਸ। ਜੇ ਮੈਂ ਉਹ ਮੈਨੂੰ ਪੁੱਛਦਾ ਵੀ ਤੁਹਾਨੂੰ ਸ਼੍ਰੋਮਣੀ ਕਮੇਟੀ ਦਾ ਮੈਂਬਰ ਰਿਹਾ 17 ਸਾਲ, ਮੈਂ ਕਹਿੰਦਾ ਹਾਂ ਜੀ ਰਿਹਾ। ਤੈਨੂੰ ਗੁਰੂ ਘਰ ਦੀ ਮਰਿਆਦਾ ਦਾ ਪਤਾ? ਮੈਂ ਕਿਹਾ ਯੈਸ ਪਤਾ। ਤੂੰ ਹੁਣ ਪਾਰਟੀ ਦਾ ਪ੍ਰਧਾਨ ਸਾ, ਤੂੰ ਵੇਖਿਆ ਸੀ ਟਾਈਟਲ ਪੇਜ? ਮੈਂ ਕਹਿੰਦਾ ਜੇ ਮੈਂ ਵੇਖਿਆ ਸੀ। ਉਹਨਾਂ ਮੈਨੂੰ ਕਹਿਣਾ ਤੈਨੂੰ ਮੈਂ ਸਿੱਖੀ ਚੋਂ ਖਰਚ ਕਰਦਾ, ਤੇ ਮੈਨੂੰ ਪੈਂਦਾ ਲੈਂਦਾ ਕਹਿੰਦਾ ਅਗਰ ਆਪ ਸਿੱਖੀ ਚੋਂ ਖਰਚ ਕਰਦੇ ਤਾਂ ਕਿਆ ਹੋਤਾ? ਮੈਂ ਕਿਹਾ ਜੀ ਮੈਨੂੰ ਸਿੱਖੀ ਚੋਂ ਖਰਚ ਕਰਦੇ, ਮੈਂ ਸਿੱਖੀ ਵਾਸਤੇ ਤਾਂ ਵਜ਼ੀਰੀ ਛੱਡੀ ਸੀ, 1.5 ਸਾਲ ਜੇਲ੍ਹ ਚ ਰਿਹਾ ਸਾ, ਜਿਹਨੂੰ ਮੈਨੂੰ ਸਿੱਖੀ ਚੋਂ ਖਰਚ ਕਰਦੇ ਤੈਨੂੰ ਕੋਈ ਸਿੱਖ ਵੋਟ ਨਾ ਪਾਉਂਦਾ। ਔਰ ਫਿਰ ਮੇਰਾ ਖਿਆਲ ਗੱਡੀ ਚ 20-25 ਮਿੰਟ ਦਾ ਸਫ਼ਰ ਸੀਗਾ, ਗੱਡੀ ਦੇ ਵਿੱਚ ਕੋਈ ਬੰਦਾ ਬੋਲਿਆ ਨੀ, ਫਿਰ ਜੇ ਤਾਂ ਸਨਾਟਾ ਸਾ ਗਿਆ ਉਦੋਂ ਨੀ ਪਤਾ ਲੱਗਿਆ ਸੀ। ਜਦੋਂ ਮੈਂ ਗੱਡੀ ਚ ਉਤਰਿਆ ਲੋਕਾਂ ਸਾਰੇ ਵਰਕਰ ਨੇ ਸਾਡਿਆਂ ਨੇ ਦੇਖਿਆ ਸੀ ਬਾਡੀ ਲੈਂਗੁਏਜ, ਅਸੀਂ ਆਪਸ ਚ ਮਿਲੇ ਨੀ, ਉਹ ਇੱਕ ਪਾਸੇ ਨੂੰ ਚਲਾ ਗਿਆ, ਦੂਜੇ ਪਾਸੇ ਨੂੰ ਤੁਰ ਪਿਆ।
ਤਾਂ ਇਹ ਵਰਗੀਆਂ ਗੱਲਾਂ ਇਹਨੇ ਕੀਤੀਆਂ ਜਿਹਦੇ ਕਰਕੇ ਜੇ ਠੀਕ ਠਾਕ ਚੱਲਦਾ ਫਿਰ ਲੋਕਾਂ ਨੇ ਇਸ ਕਰਕੇ ਥੋੜਾ ਕੀਤਾ ਜੀ ਮੈਨੂੰ ਕੱਢਣਾ ਹੁੰਦਾ ਮੈਨੂੰ ਕੱਢਣਾ ਤਾਂ ਬਹੁਤ ਸੌਖਾ ਸੀ ਮੈਨੂੰ ਕਹਿੰਦਾ ਛੋਟੇ ਪੁਰ ਜੀ ਤੁਸੀਂ 2-2.5 ਸਾਲ ਬਹੁਤ ਕੰਮ ਕੀਤਾ ਮੈਂ ਤੁਹਾਨੂੰ ਕੋਈ ਪੈਸਾ ਨਹੀਂ ਦਿੱਤਾ ਮੈਂ ਤੁਹਾਡਾ ਕੋਈ ਅਕਾਊਂਟ ਨਹੀਂ ਖੋਲਣ ਦਿੱਤਾ ਮੈਂ ਤੁਸੀਂ ਆਪਣੇ ਸਾਧਨ ਆਪ ਬਣਾਏ ਸਵੇਰ ਤੋਂ ਸ਼ਾਮਾਂ ਤੱਕ ਕੰਮ ਕੀਤਾ 2.5 ਸਾਲ ਮੈਂ 22 ਲੱਖ ਰੁਪਇਆ ਜਿਹੜਾ ਇਹਨਾਂ ਇਲੈਕਸ਼ਨ ਚ ਦੇ ਕੇ ਆਇਆ ਮੈਂ ਜਿਹੜੇ ਸਾਡੇ 3 ਵਰਕਰ ਇੱਥੇ ਮਾਰੇ ਗਏ 6-7 ਲੱਖ ਰੁਪਇਆ ਉਹਨਾਂ ਨੇ ਦਿੱਤਾ ਵਾ ਲੋਕਾਂ ਦਾ ਮੇਰੇ ਤੇ ਵਿਸ਼ਵਾਸ ਸੀ ਲੋਕਾਂ ਨੇ ਪਾਰਟੀਆਂ ਨੂੰ ਪੈਸੇ ਦਿੰਦੇ ਆ ਪਰ ਜਦੋਂ ਲੋਕਾਂ ਨੂੰ ਇਹ ਵਿਸ਼ਵਾਸ ਹੁੰਦਾ ਵੀ ਬੰਦਾ ਜਿਹੜਾ ਪੈਸਾ ਘਰ ਨੀ ਖੜਦਾ ਆਪਣੇ ਪਾਰਟੀ ਚ ਲਾਉਂਦਾ ਵਾ ਲੋਕ ਜਾਨ ਵੀ ਦਿੰਦੇ ਆ ਮੇਰਾ 40 ਸਾਲ ਦਾ ਪੋਲੀਟਿਕਲ ਕੈਰੀਅਰ ਸੀ ਇਹ ਮੈਨੂੰ ਇਹੀ ਕਹਿ ਦਿੰਦਾ ਛੋਟੇ ਪੁੱਤ ਜੀ ਤੁਸੀਂ 2.5 ਸਾਲ ਬਹੁਤ ਕੰਮ ਕੀਤਾ ਦਿਨ ਰਾਤ ਮੈਂ ਤੁਹਾਡੀਆਂ ਸੇਵਾਵਾਂ ਦੀ ਪ੍ਰਸ਼ੰਸਾ ਕਰਦਾ ਪਰ ਮੈਂ ਤੁਹਾਡੀਆਂ ਸੇਵਾਵਾਂ ਕਿਤੇ ਹੋਰ ਲੈ ਲਵਾਂਗਾ ਮੈਂ ਕਿਸੇ ਹੋਰ ਯੰਗ ਮੁੰਡੇ ਨੂੰ ਹੁਣ ਬਣਾਉਣਾ ਚਾਹੁੰਦਾ ਪ੍ਰਧਾਨ ਤੇ ਮੈਂ 1/2 ਮਿੰਟ ਨਾਲ ਲਾਉਂਦਾ ਛੱਡਣ ਲੱਗਿਆ ਜਿਸ ਤਰੀਕੇ ਨਾਲ ਫਿਰ ਸਾਨੂੰ ਜਲੀਲ ਕੀਤਾ ਵਾ ਉਹ ਵੀ ਪੰਜਾਬ ਦੇ ਲੋਕਾਂ ਦੇ ਨੱਕ ਤੇ ਚੜੇ ਨੀ ਲੋਕਾਂ ਨੇ ਉਹ ਗੱਲ ਨੂੰ ਮੰਨੇ ਨੀ ਲੋਕਾਂ ਨੇ ਰਿਐਕਟ ਕੀਤਾ ਇਸ ਕਰਕੇ ਸਾਰੀਆਂ ਘਟਨਾਵਾਂ ਜੁੜਦੀਆਂ ਗਈਆਂ ਜਿਹਦੇ ਕਰਕੇ ਇਹਨਾਂ ਦਾ ਕਰਾਅ ਥੱਲੇ ਨੀ ਗਿਆ ਮੁੱਕ ਹੀ ਜਾਣਾ ਵਾ ਖਾਤਾ ਨੀ ਖੁੱਲਣਾ ਇਹਨਾਂ ਦਾ ਜੀ ਛੋਟੇਪੁਰ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਹੈ ਹੁਣ ਤੁਸੀਂ ਨਵੀਂ ਪਾਰਟੀ ਦੇ ਹਵਾਲੇ ਨਾਲ ਗੱਠਜੋੜ ਦੀ ਵੀ ਗੱਲ ਕੀਤੀ ਹੈ ਜਦੋਂ ਅਸੀਂ ਪੰਜਾਬ ਦੇ ਪਿਛੋਕੜ ਵੱਲ ਦੇਖਦੇ ਹਾਂ ਤਾਂ 2 ਪਾਰਟੀਆਂ 3 ਪਾਰਟੀਆਂ ਹੈਗੀਆਂ ਮੇਨ ਕਦੇ ਕਾਂਗਰਸ ਆ ਗਈ ਕਦੇ ਅਕਾਲੀ ਭਾਜਪਾ ਆ ਗਈ ਵਾਰ ਵਾਰ ਇਹੀ ਸਿਲਸਿਲਾ ਚੱਲਦਾ ਸੀ ਇਸ ਵਾਰ ਜਿਹੜਾ ਸੀਗਾ ਪਿਛਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਉੱਭਰ ਕੇ ਆਈ ਹੈ ਅਤੇ ਹੁਣ ਜਿਹੜਾ ਹੈਗਾ ਉਹ ਤੁਸੀਂ ਵੀ ਉਹਦੇ 'ਚੋਂ ਵੱਖ ਹੋਏ ਹੋ ਡਾਕਟਰ ਧਰਮਵੀਰ ਗਾਂਧੀ ਹੈਗੇ ਆ ਹੋਰ ਤਰ੍ਹਾਂ ਹੈਗੀਆਂ ਨੇ ਲੈਫਟ ਦੀਆਂ ਪਾਰਟੀਜ਼ ਹੈਗੀਆਂ ਨੇ ਅਤੇ ਨਾਲ ਹੀ ਜਿਹੜੀ ਆਵਾਜ਼ੇ ਪੰਜਾਬ ਹੈਗੀ ਹੈ ਉਹ ਵੀ ਚੋਣ ਮੈਦਾਨ ਦੇ ਵਿੱਚ ਨੇ ਅਤੇ ਜਿਹੜਾ ਇਹ ਗੱਠਜੋੜ ਹੈਗਾ ਇਹ ਕਿਹਦੇ ਕਿਹਦੇ ਨਾਲ ਸੰਭਵ ਹੈਗਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਵੀ ਤੁਸੀਂ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਪ੍ਰਭਾਵ ਛੱਡ ਸਕਦੇ ਹੋ ਦੇਖੋ ਜਿਹੜਾ ਗੱਠਜੋੜ ਹੈ ਉਹ ਤੁਹਾਨੂੰ ਪਤਾ ਹੀ ਹੈ ਗਾਂਧੀ ਹੁਣ ਗਾਂਧੀ ਜੀ ਨਾਲ ਸਾਡੀ ਸਾਰਿਆਂ ਨਾਲ ਗੱਲਬਾਤ ਹੈਗੀ ਹੈ ਉਹਨਾਂ ਦੀਆਂ ਪਾਰਟੀਆਂ ਦੇ ਨਾਲ ਨੇ ਉਹ ਟੈਕਨੀਕਲੀ ਕਈ ਵਾਰੀ ਉਹ ਟੈਕਨੀਕਲੀ MP ਹੁੰਦੇ ਹੋਏ ਸ਼ਾਇਦ ਸਿੱਧੇ ਤੌਰ ਤੇ ਨਹੀਂ ਜੁੜ ਸਕਦੇ ਪਰ ਉਹ ਆਪਣੇ ਨਾਲ ਚੱਲਣਗੇ ਉਹ ਤਬਦੀਲੀ ਵਾਸਤੇ ਯਤਨਸ਼ੀਲ ਨੇ ਉਹਨਾਂ ਦੇ ਸਾਰੇ ਸਾਥੀ ਵੀ ਯਤਨਸ਼ੀਲ ਨੇ ਬਹੁਤ ਸਾਰੇ ਲੋਕਾਂ ਦੇ ਨਾਲ ਸਾਡੇ ਗੱਠਜੋੜ ਹੋ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਗੱਲਾਂ ਜਿਹੜੀਆਂ ਸਾਹਮਣੇ ਆਉਣਗੀਆਂ ਪਾਰਟੀ ਬਣਾਈ ਨੂੰ 3 ਦਿਨ ਹੋਏ ਆ ਚਾਰ ਜੀ ਔਰ ਬਿਲਕੁਲ ਤਬਦੀਲੀ ਆਊਗੀ ਦੇਖੋ ਮੈਂ ਦੱਸਣਾ ਚਾਹਾਂਗਾ ਤੁਹਾਨੂੰ ਦੇਖੋ ਜਿੱਦਣ ਸਿਮਰਜੀਤ ਮਾਨ ਨੇ ਵੀ ਪੰਜਾਬ 'ਚ ਤਬਦੀਲੀ ਲਿਆਉਣੀ ਸੀ ਲੋਕ ਬੜੀ ਦੇਰ ਤੇ ਆਸ ਦੀ ਨਜ਼ਰ ਨਾਲ ਦੇਖਦੇ ਸੀਗੇ ਜਿੱਦਣ ਆਮ ਆਦਮੀ ਪਾਰਟੀ ਪੰਜਾਬ 'ਚ ਆਈ ਸੀ ਇਹਨਾਂ ਦੇ ਕੋਲ ਕਿਹੜਾ ਚਿਹਰਾ ਸੀਗਾ ਇਹਨਾਂ ਦੇ ਕੋਲ ਕਿਹੜਾ ਕੋਈ ਇਨਫਰਾਸਟ੍ਰਕਚਰ ਸੀਗਾ ਪੰਜਾਬ ਦੇ ਲੋਕ ਕ੍ਰਾਂਤੀਕਾਰੀ ਨੇ ਤਬਦੀਲੀ ਜਦੋਂ ਵੀ ਦੇਸ਼ 'ਚ ਆਈ ਹੈ ਸਭ ਤੋਂ ਵੱਧ ਪਹਿਲਾਂ ਪੰਜਾਬ ਦੇ ਲੋਕਾਂ ਨੇ ਲਿਆਂਦੀ ਹੈ ਔਰ ਮੈਨੂੰ ਪੂਰਨ ਆਸ ਹੈ ਕਿ ਲੋਕਾਂ ਦਾ ਮੋਹ ਇਹਨਾਂ ਸਾਰੀਆਂ ਪਾਰਟੀਆਂ ਤੋਂ ਭੰਗ ਹੋ ਚੁੱਕਾ ਕੇਜਰੀਵਾਲ ਦੀ ਅਸਲੀਅਤ ਦਾ ਲੋਕਾਂ ਨੂੰ ਗਿਆਨ ਹੋ ਚੁੱਕਾ ਇਸ ਕਰਕੇ ਲੋਕ ਆਪਣੇ ਨਾਲ ਜੁੜਨੇ ਆ ਔਰ ਤਬਦੀਲੀ ਆਏਗੀ ਕਿਉਂਕਿ ਅਸੀਂ ਲੋਕਾਂ ਨੂੰ ਇੱਕੋ ਹੀ ਗੱਲ ਦੱਸੀ ਹੈ ਕਿ ਅਸੀਂ ਪਰਿਵਾਰ ਪਾਲਣ ਵਾਸਤੇ ਪੈਸਾ ਇਕੱਠਾ ਕਰਨ ਵਾਸਤੇ ਜਾਂ ਇਹ ਪ੍ਰੋਫੈਸ਼ਨ ਬਣਾ ਕੇ ਨਹੀਂ ਅਸੀਂ ਸੇਵਾ ਵਾਸਤੇ ਆਏ ਹਾਂ ਔਰ ਇਮਾਨਦਾਰੀ ਨਾਲ ਦਿਆਨਤਦਾਰੀ ਨਾਲ ਇਹ ਨਹੀਂ ਵੀ ਗੱਲਾਂ ਕਰਨੀਆਂ ਨੇ ਉਹਦੇ ਤੇ ਅਮਲ ਕਰਨਾ ਵਾ ਕਿਉਂਕਿ ਮੈਂ ਤਾਂ ਬਹੁਤ ਵਾਰੀ ਲੋਕਾਂ ਨੂੰ ਇੱਥੇ ਕਹਿ ਚੁੱਕਾ ਕਿ ਮੈਨੂੰ ਇੱਕ ਪੋਲੀਟੀਕਲੀ ਰੀਬਰਥ ਮਿਲਿਆ ਕੇਜਰੀਵਾਲ ਨੇ ਤੇ ਮੈਨੂੰ ਜਿਸ ਤਰੀਕੇ ਨਾਲ ਡੈਮੇਜ ਕੀਤਾ ਸੀਗਾ ਇਸ ਤਰ੍ਹਾਂ ਦਾ ਡੈਮੇਜ ਹੋਇਆ ਬੰਦਾ ਕਦੀ ਮੁੜ ਕੇ ਉੱਠ ਨਹੀਂ ਸਕਦਾ ਇਹ ਪੰਜਾਬ ਦੇ ਲੋਕਾਂ ਨੇ ਠਾਲਿਆ ਜਿਹਨਾਂ ਨੇ ਇਹਦੀ ਗੱਲ ਮੰਨੀ ਨੀ ਉਹਨਾਂ ਕਿਹਾ ਬਿਲਕੁਲ ਝੂਠ ਬੋਲਦਾ ਜਿਹੜੇ ਮੇਰੇ ਪੋਲੀਟੀਕਲ ਅਪੋਨੈਂਟ ਵੀ ਸੀਗੇ ਜਿਹਨਾਂ ਦੇ ਸਵੇਰ ਤੋਂ ਸ਼ਾਮਾਂ ਤੱਕ ਮੈਂ ਪਾਣੀ ਪੀ ਕੇ ਜਿਹਨਾਂ ਦੇ ਉਲਟ ਬੋਲਦਾ ਸਾਂ ਉਹਨਾਂ ਨੇ ਵੀ ਕਿਹਾ ਨਹੀਂ ਹੋਰ ਕੋਈ ਜੋ ਮਰਜ਼ੀ ਇਲਜ਼ਾਮ ਲਾ ਸਕਦੇ ਛੋਟੇ ਪੋਤੇ ਇਲਜ਼ਾਮ ਨਹੀਂ ਲੱਗਦਾ ਇਸ ਕਰਕੇ ਮੈਨੂੰ ਮੈਂ ਪੰਜਾਬ ਦੇ ਲੋਕਾਂ ਦਾ ਰਿਣੀ ਆ ਔਰ ਮੈਂ ਆਪਣਾ ਫੈਸਲਾ ਕੀਤਾ ਹੋਇਆ ਕਿ ਮੈਂ ਜ਼ਿੰਦਗੀ ਦਾ ਪਲ ਪਲ ਜਿਹੜਾ ਵਾ ਉਹ ਪੰਜਾਬ ਤੇ ਪੰਜਾਬੀਅਤ ਦੇ ਭਲੇ ਵਾਸਤੇ ਲਾਉਣਾ ਗਰੀਬਾਂ ਵਾਸਤੇ ਲਾਉਣਾ ਪੰਜਾਬ ਨੂੰ ਬਚਾਉਣ ਵਾਸਤੇ ਲਾਉਣਾ ਮੈਨੂੰ ਇਹ ਚੀਜ਼ਾਂ ਇੰਪਲੀਮੈਂਟ ਕਰਨ ਵਾਸਤੇ ਕੋਈ ਵੀ ਸੈਕਰੀਫਾਈਸ ਕਰਨੀ ਪਈ ਮੈਨੂੰ ਜਾਨ ਦੀ ਵੀ ਬਾਜੀ ਲਾਉਣੀ ਪਈ ਕਿਉਂਕਿ ਵੈਸੇ ਨਿੱਕੇ ਬੰਦੇ ਆ ਵੱਡੇ ਬੰਦੇ ਆ ਵੱਡੇ ਬੰਦੇ ਨੂੰ ਲੋਕ ਜ਼ਿਆਦਾ ਸਮਝਦੇ ਆ ਵੀ ਇਹੀ ਕੰਪੀਟੈਂਟ ਨੇ ਛੋਟੇ ਬੰਦੇ ਜਿੰਨੇ ਮਰਜ਼ੀ ਮਿਹਨਤੀ ਹੋਣ ਦਿਆਨਦਾਰ ਹੋਣ ਲੋਕ ਸਮਝਦੇ ਨੇ ਜੀ ਇਹਨਾਂ ਦੇ ਕੋਲ ਸਾਧਨ ਹੈ ਜੀ ਇਸ ਸਮਾਜ ਦੀ ਪਦ ਕਿਸਮ ਦੀ ਹੈ ਇੱਥੇ ਜਿਹੜੇ ਵੱਡੇ ਲਟੇਰੇ ਕਰਪਟ ਬੰਦੇ ਆ ਉਹਨਾਂ ਨੂੰ ਲੋਕ ਕਹਿੰਦੇ ਆ ਜੀ ਬਹੁਤ ਅਮੀਰ ਆ ਜਿਹੜੇ ਬੰਦੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਆ ਉਹਨਾਂ ਨੂੰ ਲੋਕ ਕਹਿੰਦੇ ਜੀ ਇਹ ਗਰੀਬ ਨੇ ਇਹ ਵਿਚਾਰੇ ਗਰੀਬ ਨੇ ਅਸੀਂ ਤੇ ਗਰੀਬੀ ਵਿੱਚ ਰਹਿ ਕੇ ਕੰਮ ਕਰਨ ਵਾਲੇ ਬੰਦੇ ਆ ਔਰ ਜੋ ਅਸੀਂ ਕਹਾਂਗੇ ਉਹ ਅਸੀਂ ਉਹਦੇ ਤੇ ਅਮਲ ਕਰਾਂਗੇ ਉਹ ਗੱਲਾਂ ਕਹਿਣ ਨੂੰ ਨਹੀਂ ਹੋਣਗੀਆਂ ਸਾਨੂੰ ਪਤਾ ਹੈ ਕਿ ਅਸੀਂ ਕਿੰਨਾ ਬੰਦਿਆਂ ਨਾਲ ਲੜ ਰਹੇ ਹਾਂ ਜਿੰਨਾ ਕੋਲ ਮਨੀ ਪਾਵਰ ਮਸਲ ਪਾਵਰ ਬਹੁਤ ਬਹੁਤ ਵੱਡੇ ਨਾਂ ਨੇ ਜੀ ਦੋ ਮੁੱਖ ਮੰਤਰੀ ਨੇ ਇੱਕ ਮੁੱਖ ਮੰਤਰੀ ਰਿਹਾ ਹੋਇਆ ਉਹਨਾਂ ਦੇ ਨਾਲ ਲੜਨਾ ਸੌਖਾ ਕੰਮ ਨਹੀਂ ਗਾ ਪਰ ਸਾਨੂੰ ਆਪਣੇ ਮਿਹਨਤ ਤੇ ਦਿਆਨਦਾਰੀ ਤੇ ਪ੍ਰਮਾਤਮਾ ਤੇ ਸਾਨੂੰ ਭਰੋਸਾ ਵਾ ਕਿ ਅਸੀਂ ਦਿਆਨਦਾਰੀ ਨਾਲ ਪੰਜਾਬ ਵਾਸਤੇ ਕੰਮ ਕਰ ਰਹੇ ਹਾਂ ਔਰ ਪੰਜਾਬ ਦੇ ਲੋਕ ਜਿਹੜੇ ਆ ਉਹ ਸਾਡਾ ਪੂਰਾ ਸਾਥ ਦੇਣਗੇ ਸਾਨੂੰ ਪੂਰਾ ਇਸ ਤੇ ਵਿਸ਼ਵਾਸ ਆ ਔਰ ਅਸੀਂ ਚੰਗੇ ਕੰਮ ਕਰਾਂਗੇ ਅੱਜ ਪੰਜਾਬ ਦੇ ਵਿੱਚ ਜੰਗਲ ਦਾ ਰਾਜ ਆ ਅੱਜ ਕਰਪਸ਼ਨ ਦਾ ਬੋਲਬਾਲਾ ਨਸ਼ਿਆਂ ਨੇ ਬਰਬਾਦ ਕਰਤੀ ਸਾਡੀ ਜਵਾਨੀ ਸਾਡਾ ਅੰਨਦਾਤਾ ਜਿਹੜਾ ਉਹ ਮਾਰ ਦਿੱਤਾ ਸਾਡੀ ਇੰਡਸਟਰੀ ਜਿਹੜੀ ਆ ਉਜੜ ਗਈ ਆ ਇਹ ਸਾਰੀਆਂ ਚੀਜ਼ਾਂ ਸਾਡੇ ਜੇਲ੍ਹ ਚ ਨੇ ਕਿ ਪੋਲੀਟੀਕਲ ਬੰਦਿਆਂ ਨੇ ਪੋਲੀਟਿਕਸ ਨੂੰ ਪ੍ਰੋਫੈਸ਼ਨ ਬਣਾ ਲਿਆ
जी पॉलिटिशियन छोटेपुर जिहड़े साहब, पापा जिहड़ी लीडर बन गए तुसीं हैं। सानू जी भी सर, जिहड़े आउण वाले समें दे विच तुसीं हुण नवीं पार्टी बनाई है ते तुसीं अपना एजेंडा भी लोकां दे सामणे एक लिखती रूप दे विच मैनीफेस्टो दे तौर ते रखोगे, सानू आउण वाले दिनां दे विच असीं आस जी करदे हां कि उहदे विचों की निकलदा ते की चीज़ सामणे आउंदी है, की फ्रंट तुसीं सामणे लै के आउंदे हो, असीं उहदे लई अखां विछा के असीं उडीक कर रहे हां। ते जांदे जांदे आखरी जिहड़ा 1 मिंट रह गया, 1-1.5 मिंट, उहदे विच मैं तुहाडे कोलों जिहड़ी पंजाब दे विच हुण सिचुएशन बनी हुई है, भारत ते पाकिस्तान दी जिहड़ी इह जंग दी सिचुएशन क्रिएट कीती गई है, इहदे हवाले नाल जिहड़ा पंजाब दे बॉर्डर इलाकिआं दे विचों जिहड़ी लोकां नूं उजाड़िआ गया, तुहाडा जिहड़ा अपना हलका हैगा उह वी उहनां इलाकिआं दे विच पैंदा, ते तुसीं जदों लोकां दे विच विचरदे हो उत्थों की महसूस करदे हो कि जिहड़े लोकां दे क्वेश्चनज ने जिन्हां ने एस्टैबलिशमेंट नूं भारत दी सरकार नूं ते बादल सरकार ਨੂੰ ਕੁਐਸਚਨ ਕੀਤਾ ਕਿ ਇਹ ਪੰਜਾਬ ਦੇ ਨਾਲ ਹੀ ਕਿਉਂ ਹੋ ਰਿਹਾ, ਪੰਜਾਬ ਦੇ ਬਾਰਡਰ ਹੀ ਕਿਉਂ ਖਾਲੀ ਕਰਵਾਏ ਜਾ ਰਹੇ ਨੇ, ਜਾਂ ਜਿਹੜੀ ਇਹ ਇੱਕ ਹੁਕਮ ਅਦੁੱਲੀ ਕਰਨ ਵਾਲੀ ਜਿਹੜੀ ਲਾਈਨ ਹੈਗੀ ਹੈ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂ ਦੇਖੋ ਜੀ, ਪੰਜਾਬ ਦੇ ਲੋਕ ਜਿਹੜੇ ਆ ਉਹ ਬਾਰਡਰ ਦੇ, ਜਿਹੜੇ ਮੈਂ ਬਾਰਡਰ ਦੇ ਏਰੀਆ ਚ ਗਿਆ, ਗੁਰਦਾਸਪੁਰ ਅੰਮ੍ਰਿਤਸਰ ਦੇ ਜਿਹੜੇ ਨੋ ਮੈਨ ਲੈਂਡ ਦੇ ਪਿੰਡ ਨੇ, ਕਿਤੇ ਵੀ ਕੋਈ ਜੰਗ ਵਾਲੀ ਹਾਲਾਤ ਨਹੀਂ ਗਈ। ਲੋਕ ਜਿਹੜੇ 65 ਤੇ 71 ਦੀਆਂ ਜੰਗਾਂ ਲੋਕਾਂ ਨੇ ਦੇਖੀਆਂ, ਲੋਕ ਕਹਿੰਦੇ ਜਦੋਂ ਮੂਵਮੈਂਟ ਪਾਕਿਸਤਾਨ 'ਚ ਹੁੰਦੀ ਆ ਤਾਂ ਵੀ ਸਾਨੂੰ ਪਤਾ ਲੱਗਦਾ, ਜਦੋਂ ਇੱਥੇ ਨਵੀਂ ਫੌਜ ਆਉਂਦੀ ਹੈ ਉਦੋਂ ਵੀ ਸਾਨੂੰ ਪਤਾ ਲੱਗਦਾ, ਬਿਲਕੁਲ ਕੋਈ ਲੜਾਈ ਵਾਲਾ ਮਾਹੌਲ ਨਹੀਂ ਗਾ। ਲੋਕਾਂ ਨੇ ਬਿਲਕੁਲ ਇਹਨਾਂ ਦੇ ਸ਼ਿਵਰਾਂ 'ਚ ਜਾਣ ਤੋਂ ਇਗਨੋਰ ਕੀਤਾ ਸੀਗਾ। ਇਹ ਪਤਾ ਨੀ, ਇੱਕ ਐਡਵਾਈਜਰੀ ਆਈ ਸੀਗੀ ਹੋਮ ਮਿਨਿਸਟਰੀ ਵੱਲੋਂ, ਤੇ ਬਾਦਲ ਸਾਹਿਬ ਨੇ ਬਹੁਤ ਜਲਦੀ ਫਾਲੋ ਕੀਤੀ ਆ, ਨਾ ਗੁਜਰਾਤ ਨੇ ਫਾਲੋ ਕੀਤੀ ਆ, ਨਾ ਰਾਜਸਥਾਨ ਨੇ ਫਾਲੋ ਕੀਤੀ ਆ, ਇਹਨੇ ਤੇ J&K ਵਾਲਿਆਂ ਨੇ ਕੀਤੀ ਆ। ਇਹਨੇ ਆਪਣੀ ਸਾਰੀ ਐਡਮਿਨਿਸਟ੍ਰੇਸ਼ਨ ਲਾਤੀ, ਪੁਲਿਸ ਲਾਤੀ ਵੀ ਲੋਕਾਂ ਨੂੰ ਫੋਰਸੇਬਲੀ ਪਿੰਡਾਂ 'ਚੋਂ ਕੱਢੋ। ਲੋਕ ਕਹਿੰਦੇ ਜੀ ਸਾਨੂੰ ਕਿਉਂ ਬਰਬਾਦ ਕਰਦੇ ਹੋ, ਸਾਡੀ ਫਸਲ ਪੱਕੀ ਹੋਈ ਆ, ਅਸੀਂ ਧੀਆਂ ਪੁੱਤਾਂ ਨੂੰ ਫਸਲ ਪਾਲਦੇ ਹਾਂ, ਇਹਦੇ ਤੇ 6 ਮਹੀਨੇ ਨਿਰਭਰ ਕਰਦਾ ਗਰੀਬ ਵੀ ਤੇ ਕਿਸਾਨ ਵੀ, ਅਸੀਂ ਕਿਸੇ ਕੀਮਤ ਤੇ ਨਹੀਂ ਜਾਣਾ। ਫਿਰ ਲੋਕਾਂ ਨੂੰ ਜਾ ਕੇ ਇਹਨਾਂ ਨੇ ਲੰਗਰ ਪਹੁੰਚਾਉਣਾ ਉੱਥੇ ਸ਼ੁਰੂ ਕੀਤਾ। ਲੋਕ ਗਰੀਬ ਮੈਨੂੰ ਮਿਲੇ ਆ, ਉਹ ਕਹਿੰਦੇ ਛੋਟੇ ਪੁੱਤ ਜੀ ਅਸੀਂ ਲੰਗਰ ਤੋਂ ਭੁੱਖੇ ਤੇ ਸੌਂਦੇ ਨੀ, ਸਾਨੂੰ ਫਿਰ ਕੋਈ ਜੌਬ ਦੇਣ ਜੇ ਸਾਨੂੰ ਇੱਥੋਂ ਖੜਨਾ ਹੀ ਆ ਪਿੱਛੇ, ਜੀ ਸਾਨੂੰ ਮਕਾਨ ਬਣਾ ਕੇ ਦੇਣ, ਸਾਨੂੰ ਦਿਹਾੜੀ ਦੇਣ, ਅਸੀਂ ਆਪਣੇ ਬੱਚਿਆਂ ਦੀ ਐਜੂਕੇਸ਼ਨ ਦਾ ਵੀ ਨੁਕਸਾਨ ਹੋ ਰਿਹਾ, ਅਸੀਂ ਘਰ ਘਰ ਜਦੋਂ ਬੰਦਾ ਹੁੰਦਾ 4 ਦਿਨ ਘਰੋਂ ਬਾਹਰ ਚਲ ਜਾਈਏ ਤੇ ਘਰ ਦਾ ਨੁਕਸਾਨ ਹੋ ਜਾਂਦਾ। ਉਹ ਬਿਲਕੁਲ ਇਹਨਾਂ ਦੇ ਕੋਲ ਕੋਈ ਜਵਾਬ ਨਹੀਂ ਸੀਗਾ, ਜਿਹੜੇ ਇਹਨਾਂ ਸ਼ਿਵਰ ਬਣਾਏ ਉਹਨਾਂ 'ਚ ਕੋਈ ਪੂਰਾ ਪ੍ਰਬੰਧ ਨਹੀਂ ਸੀਗਾ ਲੋਕਾਂ ਦਾ, ਇਸ ਕਰਕੇ ਉਹ ਬਿਲਕੁਲ ਇਹਨਾਂ ਦਾ ਧੱਕਾ ਕੀਤਾ ਸੀਗਾ। ਲੋਕ ਵਾਪਸ ਚਲ ਗਏ ਆ, ਹੁਣ ਲੋਕਾਂ ਨੇ ਬਿਲਕੁਲ ਇਹਨਾਂ ਦੀ ਕੋਈ ਗੱਲ ਨਹੀਂ ਮੰਨੀ। ਇਹਨਾਂ ਨੇ ਪਤਾ ਨਹੀਂ ਉਹਦੇ ਵਿੱਚ ਵੀ 1 ਕਰੋੜ ਰੁਪਈਆ ਜਿਹੜਾ ਖਰਚਾ ਦੱਸ ਦੇਣਾ ਵਾ, ਇਹਨਾਂ ਗਰੀਬ ਨੂੰ ਦੇ ਦਿੰਦੇ ਤੇ ਉਹ ਖੁਸ਼ ਹੋ ਜਾਂਦਾ। ਇਹ ਮੈਨੂੰ ਨਹੀਂ ਪਤਾ ਵੀ ਬਾਦਲ ਸਾਹਿਬ ਇਹਤੋਂ ਕੀ ਪੋਲੀਟੀਕਲ ਮਾਈਲੇਜ ਲੈਣਾ ਚਾਹੁੰਦੇ ਸੀਗੇ। ਬਿਲਕੁਲ ਲੋਕਾਂ ਨੇ ਇਹਨਾਂ ਨੂੰ ਪਸੰਦ ਨਹੀਂ ਕੀਤਾ। ਲੋਕ ਕਹਿੰਦੇ ਜੀ ਬਾਰਡਰ ਦੇ ਲੋਕਾਂ ਨੂੰ ਕੋਈ ਕੰਪਨਸੇਟ ਕਰੋ, ਅੱਜ ਤਾਂ ਆ ਜਿੰਨੀ 10 ਮੀਲ ਦੀ ਪੱਟੀ ਆ ਉਹ ਤੇ ਕਿਤੇ ਕੋਈ ਡਿਵੈਲਪਮੈਂਟ ਨਹੀਂ ਹੋਈ, ਕੋਈ ਉੱਥੇ ਇੰਡਸਟਰੀ ਨਹੀਂ ਲੱਗੀ, ਕੋਈ ਉੱਥੇ ਚੰਗਾ ਹਸਪਤਾਲ ਨਹੀਂ ਬਣਿਆ, ਚੰਗਾ ਕੋਈ ਸਕੂਲ ਨਹੀਂ ਬਣਿਆ। ਜੀ ਲੋਕਾਂ ਨੂੰ ਉੱਥੇ ਚਾਹੀਦਾ, ਉਹ ਬਾਰਡਰ ਦੇ ਏਰੀਏ ਦੇ ਲੋਕਾਂ ਨੂੰ ਜੌਬ ਦੇਣ, ਉਹਨਾਂ ਨੂੰ ਫਾਈਨੈਂਸ਼ੀਅਲੀ ਉਹਨਾਂ ਦੀ ਹੈਲਪ ਕਰਨ, ਜਿਹੜੇ ਬਾਰਡਰ ਲਾਈਨ ਤੋਂ ਅੱਗੇ ਲੋਕਾਂ ਦੀਆਂ ਜ਼ਮੀਨਾਂ ਨੇ ਉਹਦਾ ਕੰਪਨਸੇਟ ਕਰਨ, ਜਿਹੜੇ ਗਰੀਬ ਉੱਥੇ ਬੈਠੇ ਆ ਉਹਨਾਂ ਨੂੰ ਰੁਜ਼ਗਾਰ ਦੇਣ, ਉਹ ਕੰਮ ਕਰਨਾ ਚਾਹੀਦਾ ਇਹਨਾਂ ਨੂੰ। ਉਸ ਪਾਸੇ ਤੋਂ ਤੁਰੇ ਨਹੀਂ, ਇਹ ਇਕੱਠੇ ਕਰਕੇ ਇੱਕ ਥਾਂ ਬਾਲ ਕੇ ਪ੍ਰਸ਼ਾਦੇ ਛਕਾ ਕੇ ਇਹ ਜਾ ਕੇ ਫੋਟੋ ਲਵਾ ਕੇ ਆ ਜਾਂਦੇ ਸੀ ਕਿ ਵੀ ਅਸੀਂ ਤੁਹਾਡੇ ਔਖੇ ਵੇਲੇ ਅਸੀਂ ਤੁਹਾਡੀ ਬਾਂਹ ਫੜ ਰਹੇ ਹਾਂ। ਉਹ ਕਹਿੰਦੇ ਔਖਾ ਵੇਲੇ ਸਾਡੇ ਤੇ ਹੈ ਹੀ ਨਹੀਂ, ਲੜਾਈ ਤਾਂ ਕੋਈ ਹੈ ਹੀ ਨਹੀਂ ਗੀ, ਨਾ BSF ਦੀ ਨਵੀਂ ਕੋਈ ਉੱਥੇ ਹੋਈ ਆ ਆਪਣੀ ਹਿਲਜੁਲ, ਤੇ ਨਾ ਹੋਈ ਦੀ। ਦੂਜਾ ਜਿਹੜਾ ਸਰਜੀਕਲ ਓਪਰੇਸ਼ਨ ਆ ਉਹਨੂੰ ਵੇਖੋ ਜੀ, ਮੈਂ ਤੁਹਾਨੂੰ ਦੱਸਾਂ ਜੀ, ਛੋਟੇਪੁਰ ਸਾਹਿਬ ਸਾਡਾ ਸਮਾਂ ਸਮਾਪਤੀ ਵੱਲ ਜਾ ਰਿਹਾ, ਅਸੀਂ ਬਹੁਤੀ ਡਿਟੇਲ ਦੇ ਵਿੱਚ ਨਾ ਜਾਈਏ ਉਧਰ ਨੂੰ, ਤੇ ਜਿਹੜੀ ਅੱਜ ਦੀ ਗੱਲਬਾਤ ਸੀਗੀ ਉਹਨੂੰ ਇੱਥੇ ਹੀ ਮੈਂ ਸਮਾਪਤ ਕਰਨਾ ਚਾਹੁੰਦਾ ਕਿਉਂਕਿ ਸਾਡਾ ਸਮਾਂ ਜਿਹੜਾ ਸਮਾਪਤੀ ਵੱਲ ਜਾ ਰਿਹਾ। ਮੈਂ ਮਾਫੀ ਚਾਹੁੰਦਾ ਤੁਹਾਡੇ ਕੋਲੋਂ, ਤੇ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਤੁਹਾਡੇ ਨਾਲ ਇਹਨਾਂ ਮੁੱਦਿਆਂ ਦੇ ਉੱਪਰ ਤੇ ਖਾਸ ਕਰਕੇ ਜਿਹੜੀ ਸਿਆਸਤ ਦੇ ਵਿੱਚ ਪੰਜਾਬ ਦੇ ਵਿੱਚ ਤਬਦੀਲੀ ਆ ਰਹੀ ਹੈ ਉਹਦੇ ਹਵਾਲੇ ਨਾਲ ਤੁਹਾਡੇ ਨਾਲ ਗੱਲਬਾਤ ਦੁਬਾਰਾ ਕਰਾਂਗੇ ਜੀ। ਮਾਫੀ ਦੇ ਨਾਲ ਤੁਹਾਡੇ ਕੋਲੋਂ ਇਜਾਜ਼ਤ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਰਸ, ਇਹ ਸਨ ਸੁੱਚਾ ਸਿੰਘ ਛੋਟੇਪੁਰ, ਜਿਨ੍ਹਾਂ ਨੇ ਪੰਜਾਬ ਦੇ ਜਿਹੜੇ ਸਿਆਸੀ ਹਾਲਾਤ ਹੈਗੇ ਆ ਉਹਨਾਂ ਬਾਰੇ, ਜਿਹੜੇ ਉਹਨਾਂ ਦੇ ਵਿਊ ਪੁਆਇੰਟ ਤੋਂ ਉਹ ਕੀ ਸਮਝਦੇ ਨੇ ਅਤੇ ਕੀ ਸੋਚ ਰੱਖ ਕੇ ਅੱਗੇ ਪੰਜਾਬ ਦੇ ਲੋਕਾਂ ਦੇ ਵਿੱਚ ਜਾਣ ਦੀ ਉਹ ਹੁਣ ਵਿਉਂਤਬੰਦੀ ਬਣਾ ਰਹੇ ਨੇ, ਉਸ ਬਾਰੇ ਉਹਨਾਂ ਨੇ ਸਾਡੇ ਨਾਲ ਵਿਚਾਰ ਚਰਚਾ ਸਾਂਝੀ ਕੀਤੀ ਹੈ। ਅਤੇ ਇਸੇ ਦੇ ਨਾਲ ਜਿਹੜਾ ਅੱਜ ਦਾ ਸ਼ੋਅ ਹੈ ਉਹ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ, ਅਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।